ਜਿਹੜਾ ਅੱਜ ਦਾ ਸਾਡਾ ਧਰਨੇ ਦਾ ਸਾਨੂੰ ਕੱਲ ਟਾਈਮ ਤੇ ਸੱਦੇ ਲੱਗੇ ਆ, ਪਰ ਅਸੀਂ ਵੱਡੀ ਲਾਮਬੰਦੀ ਦੇ ਵਿੱਚ ਜਿਹੜੇ ਇਕੱਠ ਆਏ ਆ, ਕਿਉਂਕਿ ਫਿਕਰ ਆ ਸਾਡੇ ਕਿਸਾਨਾਂ ਨੂੰ ਤੇ ਸਾਡੀਆਂ ਮਾਵਾਂ ਭੈਣਾਂ ਨੂੰ, ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਵੱਡੀ ਲੋੜ ਖਾਦ ਦੀ ਆ। ਅਸੀਂ ਕਣਕਾਂ ਵੀ ਬੀਜਣੀਆਂ ਨੇ, ਹੋਰ ਫਸਲਾਂ ਦੇ ਵਿੱਚ ਵੀ ਸਾਨੂੰ DAP ਚਾਹੀਦਾ, ਜਿਹੜੀ ਮਗਰੋਂ ਵੱਡੀ DAP ਦੀ ਸ਼ੋਰਟ ਪੈ ਰਹੀ ਆ, ਜਾਂ ਜਿਹੜਾ ਦੁਕਾਨਾਂ ਤੇ DAP ਆ ਰਿਹਾ ਉਹਦੇ ਨਾਲ ਵੀ ਆੜ੍ਹਤੀਆਂ ਵੱਲੋਂ ਨਾਲ ਸਾਨੂੰ ਕਿਹਾ ਜਾਂਦਾ ਵੀ ਜਾਂ ਤਾਂ ਦਵਾਈ ਲਵੋ, ਸਾਨੂੰ ਇਕੱਲਾ DAP ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਸੁਸਾਇਟੀਆਂ ਦੇ ਵਿੱਚ ਵੀ ਨਹੀਂ ਆ ਰਿਹਾ। ਸਾਡੀ ਇਹ ਸਾਰੇ ਕਿਸਾਨਾਂ ਦੀ ਵੀ ਲੋੜ ਆ, ਅੱਜ ਇਹ ਮਜ਼ਦੂਰਾਂ ਦੀ ਵੀ ਲੋੜ ਆ, ਇਹ ਲੋੜ ਨੂੰ ਲੈ ਕੇ ਅਸੀਂ ਵੱਡੀ ਸਤਾ ਦੇ ਵਿੱਚ ਇਕੱਠ ਲੈ ਕੇ ਆਏ ਹਾਂ, ਕਿਉਂਕਿ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਡੇ ਝੋਨੇ ਦੀ ਨਾ ਖਰੀਦ ਆਉਣ ਕਰਕੇ ਸਾਨੂੰ ਵੱਡੀ ਸਮੱਸਿਆ ਬਣਨੀ ਆ, ਉਹਦੇ ਕਰਕੇ ਵੀ ਅਸੀਂ ਅੱਜ ਵੱਡੇ ਇਕੱਠੇ ਤੇ ਲੈ ਕੇ ਆਏ ਹਾਂ। ਜੇ ਸੰਘਰਸ਼ ਇਹ ਸਰਕਾਰ ਆਪਦੇ ਰਾਹ ਤੇ ਨਾ ਆਈ, DAP ਨਾ ਮਿਲਿਆ, ਤਾਂ ਸਾਡੀ ਝੋਨੇ ਦੀ ਖਰੀਦ ਨਾ ਹੋਈ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਵੱਡੇ ਪੱਕੇ ਮੋਰਚੇ ਲੱਗਣਗੇ। ਮੇਰਾ ਨਾਮ ਮਨਜੀਤ ਕੌਰ ਹੈ। DC ਦੇ ਦਫ਼ਤਰ ਦੇ ਵਿੱਚ ਧਰਨਾ ਲਾਉਣ ਦਾ ਸਾਡਾ ਕੋਈ ਸ਼ੌਕ ਨਹੀਂ, ਸਾਡੀ ਮਜਬੂਰੀ ਹੈ। ਜਿਹੜਾ ਸਾਡੇ DAP ਖਾਦ ਹੈ ਜੀ, ਉਹ ਸਾਨੂੰ ਮਿਲ ਨਹੀਂ ਰਹੀ। ਜੇ ਮਿਲੂਗੀ ਤਾਂ ਜਿਹੜੇ ਡੀਲਰ ਨੇਗੇ ਉਹ ਕਹਿੰਦੇ ਨੇ, ਜਾਂ ਸੁਸਾਇਟੀ ਵਾਲੇ ਕਹਿੰਦੇ ਨੇ, ਚਾਹੇ ਤਾਂ ਨਾਲ ਕੋਈ ਦਵਾਈ ਲਓ, ਚਾਹੇ ਕੋਈ, ਇਹ ਸਰਮਾਏਦਾਰਾਂ ਦੀ ਸਰਕਾਰ ਹੈ, ਕਿਸਾਨਾਂ ਦੀ ਨਹੀਂ ਹੈਗੀ। ਸਾਨੂੰ ਲੋੜ ਹੈ ਅੱਜ, ਜਿਹੜੀਆਂ ਸਾਡੀਆਂ ਮੰਗਾਂ ਨੇਗੀਆਂ, ਜਿਹੜਾ ਸਾਡਾ ਝੋਨਾ ਮੂਹਰੇ ਆਉਣ ਵਾਲਾ ਹੈ, ਉਹਨਾਂ ਨੇ ਝੋਨੇ ਦੇ ਵਿੱਚ ਜਿਹੜੀ ਖਰੀਦ ਦੇ ਵਿੱਚ ਵੀ ਇਹ ਰੁਕਾਵਟ ਲਾ ਸਕਦੇ ਨੇਗੇ। ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਜੇ ਕਿਸਾਨਾਂ ਦੇ ਨਾਲ ਤੁਸੀਂ ਸਹਿਮਤ ਨਹੀਂ ਹੋਵੋਗੇ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਮੰਗਾਂ ਨੂੰ ਮੰਗਾਉਣ ਵਾਸਤੇ ਇਸ ਤੋਂ ਵੱਧ ਵੀ ਧਰਨਾ ਲਾ ਸਕਦੇ ਹਾਂ। ਜੋ ਅੱਜ ਦਾ ਧਰਨਾ DC ਨੂੰ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਲ ਮੰਗ ਪੱਤਰ ਦੇਣਾ ਹੈ। ਜੋ ਪੰਜਾਬ ਦੇ ਵਿੱਚ DAP ਦੀ ਘਾਟ ਚੱਲ ਰਹੀ ਹੈ ਅਤੇ DAP ਨਕਲੀ ਵੇਚਿਆ ਜਾ ਰਿਹਾ, ਅਤੇ ਦੂਜਾ DAP ਦੇ ਨਾਲ ਸੁਸਾਇਟੀਆਂ 'ਚ ਜਾਂ ਪ੍ਰਾਈਵੇਟ ਡੀਲਰ ਜਿਹੜਾ ਵੀ ਵੇਚ ਰਹੇ ਹੈ ਉਹਦੇ ਨਾਲ ਜਬਰੀ ਸ਼ਰਤਾਂ ਲਾ ਕੇ ਉਹੋ ਜਿਹਾ ਸਮਾਨ ਮੜਿਆ ਜਾ ਰਿਹਾ ਜਿਹਦਾ ਖੇਤੀਬਾੜੀ 'ਚ ਜਮਾਂ ਹੀ ਨਹੀਂ ਲੋੜ ਆ, ਜਾਂ ਸਮਾਨ ਦਾ 0% ਰਿਜ਼ਲਟ ਆ ਰਿਹਾ। ਉਸ ਮੰਗਾਂ ਨੂੰ ਲੈ ਕੇ ਧਰਨਾ ਵੀ ਜੋ ਸਮਾਨ ਜਬਰੀ ਕਿਸਾਨਾਂ ਨੂੰ DAP ਦੇ ਨਾਲ ਮੁੜਿਆ ਜਾ ਰਿਹਾ ਇਹ ਬਿਲਕੁਲ ਨਾ ਦਿੱਤਾ ਜਾਵੇ, ਸ਼ਰਤਾਂ ਹਟਾਈਆਂ ਜਾਣ, ਅਤੇ DAP ਦੀ ਕਿੱਲਤ ਹੈ ਜਿਹੜੀ ਪੰਜਾਬ 'ਚੋਂ ਦੂਰ ਕੀਤੀ ਜਾਵੇ, ਅਤੇ ਜੋ ਨਗਲੀ ਖਾਦ ਵੇਚ ਰਹੇ ਹੈ ਉਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਹਨਾਂ ਮੰਗਾਂ ਨੂੰ ਲੈ ਕੇ ਅੱਜ ਦਾ ਧਰਨਾ। ਅਗਲਾ ਐਕਸ਼ਨ ਸਾਡਾ ਸੰਘਰਸ਼ ਦਾ ਹੀ ਹੁੰਦਾ ਹੈ, ਇਹ ਸੰਘਰਸ਼ ਨੂੰ ਹੋਰ ਕਰੜਾ ਕਰਾਂਗੇ, ਹੋਰ ਸਿਖਰ ਤੱਕ ਲੈ ਕੇ ਜਾਵਾਂਗੇ ਇਸ ਸੰਘਰਸ਼। ਅੱਜ ਜੋ ਇੱਥੋਂ ਦੀ ਸੈਂਟਰ ਦੇ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਬਿਜਾਈ ਦੇ ਮੌਕੇ 'ਤੇ ਆ ਕੇ DAP ਦੀ ਜਿਹੜੀ ਪ੍ਰਾਈਵੇਟ ਜਾਣੀ ਡੁਪਲੀ ਜਿਹਨੂੰ ਕਹਿ ਦਈਏ ਇੱਕ ਬਨਾਵਟੀ ਕਿੱਲਤ ਪੈਦਾ ਕਰੀ ਹੈ ਉਹਨੂੰ ਲੈ ਕੇ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ VKU ਏਕਤਾ ਗੁਰਾਹਾਂ ਵੱਲੋਂ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ DAP ਦੀ ਜਿਹੜੀ ਪੂਰੀ ਸਪਲਾਈ ਹੈ ਉਹ ਕਿਸਾਨਾਂ ਨੂੰ ਮਿਲਣੀ ਚਾਹੀਦੀ ਹੈ। ਉਸ ਮਾਮਲੇ ਨੂੰ ਲੈ ਕੇ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ DC ਹੈੱਡਕੁਆਟਰਾਂ ਦੇ ਉੱਤੇ ਇੱਕ ਦਿਨ ਦੇ ਧਰਨੇ ਲਾਏ ਨੇ। ਜੇਕਰ ਇਹ ਜਿਹੜੀ DAP ਦੀ ਬਨਾਵਟੀ ਕਿੱਲਤ ਪਾਈ ਹੈ ਤੁਹਾਡੀ ਸਰਕਾਰਾਂ ਨੇ ਉਹ ਨਹੀਂ ਪੂਰੀ ਹੁੰਦੀ, ਉਹ ਨਹੀਂ ਕਿਸਾਨਾਂ ਤੱਕ ਪਹੁੰਚਦੀ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੂਬੇ ਦੀ ਮੀਟਿੰਗ ਕਰਕੇ ਇਹਦੇ 'ਤੇ ਕੋਈ ਵੱਧਮ ਐਕਸ਼ਨ ਦੇਵਾਂਗੇ। ਜਿਹੜੀ ਕਿ ਕਿਸਾਨਾਂ ਨੂੰ ਜਿੰਨੀ DAP ਦੀ ਲੋੜ ਹੈ ਉਹਦੀ ਪੂਰੀ ਭਰਵਾਈ ਕਰਵਾ ਕੇ ਇਹਦਾ ਫਿਰ ਹੀ ਅਸੀਂ ਮਤਲਬ ਉਹ ਪ੍ਰੋਗਰਾਮ ਸਮਾਪਤ ਕਰਾਂਗੇ।